ਸੋ ਫਾਈਨਲੀ ਜਿਹੜਾ ਸਾਡਾ ਸਰਪ੍ਰਾਈਜ਼ ਹੈ ਨਾ ਉਹ ਮੈਂ ਰਿਵੀਲ ਕਰਨ ਜਾ ਰਿਹਾ ਤੇ ਇਹ ਸਰਪ੍ਰਾਈਜ਼ ਜਿਹੜਾ ਹੈ ਉਹ ਇਸ ਰੂਪ ਵਿੱਚ ਰਿਵੀਲ ਹੋਵੇਗਾ। ਜਾਨਵੀ ਤੇ ਲਵਨ ਨੇ ਦੋਵੇਂ ਸਾਡੇ ਨਾਲ, ਥੈਂਕ ਯੂ ਵੈਰੀ ਮੱਚ ਐਂਡ ਮੈਨੀ ਕੰਗ੍ਰੈਚੁਲੇਸ਼ਨ। ਥੈਂਕ ਯੂ ਜੀ, ਥੈਂਕ ਯੂ। ਪਹਿਲੇ ਤਾਂ ਤੁਹਾਨੂੰ ਦੋਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ, ਕਿਉਂਕਿ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਆਪਣੇ ਆਪ ਵਿੱਚ ਯੂਨੀਕ ਵੀ ਹੈ ਤੇ ਡਿਫਰੈਂਟ ਵੀ ਹੈ, ਕਿਉਂ ਹੈ ਕਿ ਨਹੀਂ? ਹਾਂਜੀ। ਵੈਸੇ ਜਿਹੜੇ ਸਾਡੇ ਵਿਊਅਰਸ ਨੇ ਨਾ ਇਸ ਵਕਤ ਇਹ ਜਾਣਨਾ ਜ਼ਰੂਰ ਚਾਹੁੰਦੇ ਨੇ ਕੀ ਡਿਫਰੈਂਟ ਤੁਸੀਂ ਕੰਮ ਕਰ ਰਹੇ ਹੋ, ਥੋੜ੍ਹਾ ਜਿਹਾ ਉਹਦੇ ਬਾਰੇ ਦੱਸਣਾ ਚਾਹੋਗੇ? ਕਾਟਨ ਦੇ ਨਾਲ ਅਸੀਂ ਘਰ ਪੇ ਪੈਡ ਬਣਾ ਰਹੇ ਹਾਂ ਤੇ ਉਹ ਲੋਕਾਂ ਨੂੰ ਜਾ ਕੇ ਵੰਡ ਰਹੇ ਹਾਂ। ਇੱਥੇ ਤਾਂ ਮੈਂ ਵੇਖ ਰਿਹਾ ਬਾਕੀ ਬੜੇ ਛੋਟੇ ਬੱਚੇ ਨੇ। ਬੇਸਿਕਲੀ ਇਹਦੀ ਸ਼ੁਰੂਆਤ ਜਿਹੜੀ ਤੁਸੀਂ ਕਿਹਾ ਫਿਲਮ ਦੇਖੀ, ਅਤੇ ਫਿਲਮ ਦੇਖਣ ਤੋਂ ਬਾਅਦ ਡਿਸਕਸ ਸਭ ਤੋਂ ਪਹਿਲੇ ਕਿਹਦੇ ਨਾਲ ਇਹ ਕੀਤਾ ਕਿ ਅਸੀਂ ਇਹ ਕਰਨਾ ਚਾਹੁੰਦੇ? ਹਮ ਸਾਰੇ ਇੱਕ ਸਾਥ ਹੀ ਪਿਕਚਰ ਦੇਖ ਰਹੇ ਥੇ, ਤਬ ਹਮੇ ਦਿਮਾਗ ਮੇਂ ਆਈਡੀਆ ਆਇਆ ਕਿ ਹਮੇ ਵੀ ਐਸਾ ਕੁਛ ਕਰਨਾ ਚਾਹੀਏ। ਫਿਰ ਹਮ ਆਪਣੇ ਪੇਰੈਂਟਸ ਕੇ ਪਾਸ ਜਾ ਕੇ ਹਮਨੇ ਉਨਸੇ ਪੂਛਾ, ਫਿਰ ਹਮਨੇ ਉਨਕੋ ਬੋਲਾ ਕਿ ਹਮ ਖਰੀਦ ਕੇ ਉਨਕੋ ਦੇ ਸਕਤੇ ਹੈ। ਫਿਰ ਹਮਨੇ ਜਬ ਕੋਸਟ ਕਾ ਸਾਰਾ ਦੇਖਾ ਤੋ ਥੋੜ੍ਹਾ ਮਹਿੰਗਾ ਪੜ ਰਹਾ ਥਾ। ਤਬ ਹਮਾਰੇ ਜੋ ਡਾਕਟਰ ਹੈ ਡਾਕਟਰ ਰਿਤੂ ਨੰਦਾ, ਉਨਕੇ ਪਾਸ ਹਮ ਗਏ ਥੇ ਔਰ ਹਮਨੇ ਉਨਸੇ ਪੂਛਾ ਕਿ ਹਮ ਕੈਸੇ ਬਣਾ ਸਕਤੇ ਹੈ, ਤਾਂ ਕਿ ਹਮ ਬਣਾ ਕੇ ਉਨਕੋ ਫ੍ਰੀ ਮੇਂ ਬਾਂਟ ਸਕੇ। ਤੇ ਬਣਾਉਣ ਦਾ ਜਿਹੜਾ ਪ੍ਰੋਸੈਸ ਹੈ ਉਹ ਬਣਾਉਣ ਦਾ ਪ੍ਰੋਸੈਸ ਕੀ ਹੈ ਤੁਹਾਡੇ ਕੋਲ? ਹਮ ਪਹਿਲੇ ਗੌਜ਼ ਲੈਤੇ ਹੈ ਔਰ ਕਾਟਨ ਲੈਤੇ ਹੈ, ਤੋ ਕਾਟਨ ਕੋ ਹਮਨੇ 10x10 ਕਾਟਨਾ ਹੈ ਔਰ ਉਸਕੇ ਬਾਅਦ ਜੋ ਗੌਜ਼ ਹੈ ਉਸਕੋ 14x10 ਕਾਟਨਾ ਹੈ। ਕਾਟਨ ਕੋ ਹਮ 3 ਵਾਰੀ ਫੋਲਡ ਕਰਤੇ ਹੈ, ਫੋਲਡ ਕਰਕੇ ਹਮਨੇ ਉਸੇ ਗੌਜ਼ ਕੇ ਕਿਨਾਰੇ ਪੇ ਰੱਖਣਾ ਹੈ, ਸਾਰੇ ਕੇ ਸਾਰੇ ਕਿਨਾਰੋ ਕੋ ਹਮ ਅੰਦਰ ਉਸਕੇ ਫੋਲਡ ਕਰ ਦਿੱਤੇ ਔਰ ਉਸਕੇ ਬਾਅਦ ਉਸਕੋ ਟਾਈਟਲੀ ਪੂਰਾ ਕਾ ਪੂਰਾ ਫੋਲਡ ਕਰਤੇ ਹੈ, ਤੋ ਉਸਸੇ ਹਮਾਰਾ ਇੱਕ ਪੈਡ ਬਣ ਜਾਂਦਾ ਹੈ। ਤੇ ਉਹ ਡਿਸਟ੍ਰੀਬਿਊਸ਼ਨ ਦਾ ਪ੍ਰੋਸੈਸ ਕੀ ਰਹਿੰਦਾ? ਹਮ ਬਣਾ ਕੇ ਫਿਰ ਹਮ ਜੋ ਸਲਮ ਵਾਲਾ ਏਰੀਆ ਜੋ ਲੋਕ ਹਮੇ ਲਗਤਾ ਹੈ ਕਿ ਉਹ ਨਹੀਂ ਕਰ ਸਕਤੇ ਹੈਂ, ਉਨਕੇ ਪਾਸ ਜਾ ਕੇ ਉਨਕੋ ਦੇ ਦੇਤੇ ਹੈਂ। ਮੈਂ 10-10 ਹੈ ਔਰ ਇਸਕੋ ਹਮਨੇ ਡਾਕਟਰ ਸੇ ਪੁੱਛ ਕੇ ਬਣਵਾਇਆ ਹੈ, ਅਬ ਕਪੜਾ ਮੈਂ ਯੂਜ਼ ਕਰਦੇ ਕਿ ਉਸਸੇ ਬਿਮਾਰੀਆਂ ਸ਼ੁਰੂ ਹੋ ਜਾਂਦੀ। ਜਦ ਇਸ ਬਾਰੇ ਤੁਸੀਂ ਇਹਨਾਂ ਕੋਲੋਂ ਸੁਣਿਆ, ਆਪਣੀ ਸਿਸਟਰ ਕੋਲੋਂ ਤੁਸੀਂ ਜਾਣਿਆ, ਤੇ ਵਾਟ ਵਾਸ ਯੋਰ ਫਰਸਟ ਰਿਐਕਸ਼ਨ? ਮੇਰਾ ਜੋ ਪਹਿਲਾ ਰਿਐਕਸ਼ਨ ਸੀ ਉਹ ਸੀ ਕਿ ਇਹ ਜਿਹੜੀ ਚੀਜ਼ ਹੈ ਇਹ ਬੜੀ ਨੋਰਮਲ ਹੈਗੀ ਕਿ ਤੇ ਸਾਨੂੰ ਇਸ ਗੱਲ ਦੀ ਕੀ ਸ਼ਰਮ ਨਹੀਂ ਹੋਣੀ ਚਾਹੀਦੀ, ਸਾਨੂੰ ਇਹ ਹੋਣਾ ਚਾਹੀਦਾ ਕਿ ਹਾਂਜੀ ਜੇ ਇਹਨਾਂ ਨੂੰ ਕੋਈ ਹੈਲਪ ਚਾਹੀਏ ਤਾਂ ਸਾਨੂੰ ਹੈਲਪ ਕਰਨੀ ਚਾਹੀਦੀ ਹੈ। ਤੇ ਜਦ ਤੁਸੀਂ ਜਿਹਨਾਂ ਨੂੰ ਲੋੜ ਹੁੰਦੀ ਹੈ ਉਹਨਾਂ ਕੋਲ ਲੈ ਕੇ ਜਾਂਦੇ ਹੋ, ਉਹਨਾਂ ਦੇ ਵਿੱਚ ਡਿਸਟ੍ਰੀਬਿਊਟ ਕਰਦੇ ਹੋ, ਅਤੇ ਫਿਰ ਉਹਨਾਂ ਦੇ ਚਿਹਰੇ 'ਤੇ ਜਿਹੜੀ ਸਮਾਈਲ ਆਉਂਦੀ ਹੈ ਉਹ ਤੁਹਾਡੇ ਚਿਹਰੇ 'ਤੇ ਕਿੰਨੀ ਸਮਾਈਲ ਲੈ ਕੇ ਆਉਂਦੀ ਹੈ? ਸੈਂਸ ਆਫ ਸੈਟਿਸਫੈਕਸ਼ਨ ਕਿੰਨੀ ਰਹਿੰਦੀ? ਬਹੁਤ ਸੈਟਿਸਫੈਕਸ਼ਨ ਹੋਤੀ ਹੈ, ਪਹਿਲੇ ਤਾਂ ਉਹ ਬਹੁਤ ਸ਼ਰਮਾਤੇ ਹੈ ਲੈਣੇ ਕੇ ਲੀਏ, ਪਰ ਜਬ ਹਮ ਉਨਕੋ ਸਮਝਾਤੇ ਹੈ ਕਿ ਉਹ ਕੱਪੜਾ ਯੂਜ਼ ਕਰਤੇ ਹੈ ਕਿ ਉਸਸੇ ਕਿਆ ਕਿਆ ਪਰੇਸ਼ਾਨੀਆਂ ਹੋ ਸਕਤੀ ਹੈ, ਤਾਂ ਉਹ ਬਹੁਤ ਖੁਸ਼ ਹੋ ਜਾਤੇ ਹੈਂ। ਉਹ ਸਿਖਾਉਂਦੇ ਵੀ ਹੈ ਕਿ ਕਿੱਦਾਂ ਅਸੀਂ ਬਣਾਇਆ ਤਾਂ ਕਿ ਉਹ ਆਪਣੇ ਘਰ ਵਿੱਚ ਵੀ ਬਣਾ ਸਕਣ, ਤਾਂ ਉਹ ਵੀ ਉਹਨਾਂ ਨੂੰ ਸਮਝਾ ਕੇ ਸਾਨੂੰ ਬੜੀ ਖੁਸ਼ੀ ਮਿਲਦੀ ਕਿ ਅਸੀਂ ਕੁਛ ਕੀਤਾ ਇਸ ਸੋਸਾਇਟੀ ਲਈ, ਅਸੀਂ ਲੋਕਾਂ ਨੂੰ ਥੋੜ੍ਹਾ ਬਹੁਤ ਸਮਝਾਇਆ ਅਤੇ ਉਸਦੇ ਕਾਰਨ ਕੁਛ ਬਦਲਾਵ ਤਾਂ ਆਏ ਗਏ। ਬਾਰ ਬਾਰ ਕੁਐਸਚਨ ਇਹ ਵੀ ਆਉਂਦਾ ਕਿ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਇਹ ਕਿੰਨਾ ਕੁ ਪ੍ਰੋਸੈਸ ਜਿਹੜਾ ਉਹ ਬਿਲਕੁਲ ਠੀਕ ਹੈ, ਅਤੇ ਜੋ ਇਹਨੂੰ ਯੂਜ਼ ਕਰੇਗਾ ਉਹਦੇ ਲਈ ਵੀ ਜਿਹਨੂੰ ਕਹਿੰਦਾ ਹੈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਿਹੜਾ ਉਹ ਨਹੀਂ ਕਰੇਗਾ? ਲਾਈਕ ਜਬ ਹਮਨੇ ਸ਼ੁਰੂ ਮੇਂ ਬਣਾਇਆ ਥਾ ਤਬ ਹਮ ਦੋਨੋਂ ਨੇ ਵੀ ਟਰਾਈ ਕੀਆ ਥਾ ਔਰ ਜੋ ਬਾਕੀ ਹਮਾਰੇ ਫਰੈਂਡਸ ਹੈ ਔਰ ਹਮਾਰੀ ਜੋ ਦੀਦੀਜ਼ ਕਾਮ ਕਰਤੀ ਉਨ ਸਭ ਨੇ ਟਰਾਈ ਕੀਆ ਥਾ, ਔਰ ਜੈਸੇ ਇਹ ਕਾਟਨ ਹੈ ਤੋ ਕਾਟਨ ਸਭ ਸੇ ਬੈਸਟ ਹੋਤਾ ਹੈ ਲਾਈਕ ਸਭ ਮੈਡੀਕਲੀ ਆਲਸੋ, ਸੋ ਫਿਰ ਹਮਨੇ ਪਹਿਲੇ ਟਰਾਈ ਕੀਆ ਥਾ।